ਪਿੰਡ ਰਾਮਪੁਰਾ ਸਥਿਤ ਬੀਐਸਐਫ ਕੰਪਲੈਕਸ ਦੇ ਸਾਹਮਣੇ ਇੱਕ ਟਰੈਕਟਰ ਟਰਾਲੀ ਅਤੇ ਟਰੱਕ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿੱਚ ਟਰੈਕਟਰ ਟਰਾਲੀ ਚਾਲਕ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਾਜ਼ਿਲਕਾ ਵੱਲੋਂ ਕੁਲਦੀਪ ਕੁਮਾਰ ਪੁੱਤਰ ਫੁੱਲਾ ਰਾਮ ਵਾਸੀ ਪਿੰਡ ਬੇਗਾਂ ਵਾਲੀ ਆਪਣਾ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੇ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਪਰਖੱਚੇ ਉੱਡ ਗਏ ਅਤੇ ਟਰੈਕਟਰ ਟਰਾਲੀ ਚਾਲਕ ਦੀ ਟਰੈਕਟਰ ਹੇਠ ਆਉਣ ਤੇ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਫਾਜ਼ਿਲਕਾ ਤੋਂ। ਐਚ ਐਸ ਆਜਮ ਵਾਲੀਆ ਦੀ ਵਿਸ਼ੇਸ਼ ਰਿਪੋਰਟ। ਫਾਜ਼ਿਲਕਾ ਤਰਫ ਤੇ ਗੱਡੀ ਡੱਲ ਵੀ ਆ ਰਹੀ ਸੀ, ਜਿਹਨੇ ਜਾ ਕੇ ਸਿੱਧਾ ਵਿੱਚ ਮਾਰਿਆ, ਜਿਸ ਤਰ੍ਹਾਂ ਟਰੈਕਟਰ ਉਲਟ ਗਿਆ ਅਤੇ ਬੰਦਾ ਚੱਲਿਆ। ਇਹ ਕਿੰਨੇ ਕੁ ਵਜੇ ਦਾ ਹਾਦਸਾ ਜੀ? ਹਾਦਸੇ ਹੋਏ ਨੂੰ 15-20 ਮਿੰਟ ਹੋ ਚੱਲੇ ਆ ਜੀ। ਅਤੇ ਬੰਦਾ ਕਿੱਥੋਂ ਰਹਿਣ ਵਾਲਾ? ਬੰਦਾ ਹੈਗਾ ਪਿੰਡ ਬੇਗਾਂ ਵਾਲੀ। ਕੀ ਨਾਮ ਵੀ ਹੁੰਦਾ ਜੀ? ਕੁਲਦੀਪ ਕੁਮਾਰ ਜੀ। ਅਤੇ ਆਪਣੇ ਵਿਆਹ ਕੇ ਕੁਆਰੇ ਜੀ? ਵਿਆਹ ਜੀ। ਇਹ ਸਰ ਜੋ ਟਰੱਕ ਆ ਰਿਹਾ ਸੀ, ਟਰੈਕਟਰ ਆ ਰਿਹਾ ਹਾਂਜੀ ਉਹ ਸਾਈਡ ਤੋਂ, ਅਤੇ ਜਿਹੜਾ ਟਰੱਕ ਆ ਰਿਹਾ ਸੀ ਇਹ ਫਲਕ ਸਾਈਡ ਤੋਂ ਆ ਰਿਹਾ ਸੀ। ਗਲਤੀ ਕਹਿੰਦੀ ਇਸ ਟਾਈਮ ਦੱਸੀ ਆ ਜੀ? ਇਸ ਟਾਈਮ ਗਲਤੀ ਵੱਡੇ ਟਰੱਕ ਵਾਲੇ ਦੀ ਆ, ਇਹਨੇ ਵੇਲੇ ਸਾਈਡ ਦੇਖੀ ਜਾਂਦੇ ਆ ਅਤੇ ਇੱਥੇ ਟੁੱਟ ਗਿਆ ਜੀ ਥੱਲੇ, ਜ਼ੋਰ ਦਾ ਐਕਸੀਡੈਂਟ ਕੀਤਾ ਨੇ, ਜਿਸ ਨਾਲ ਬੰਦਾ ਆ ਗਿਆ ਜੀ। ਟਰੱਕ ਵਾਲਾ ਬੰਦਾ ਟਰੇਸ ਹੋ ਗਿਆ ਜੀ? ਬੰਦਾ ਟਰੱਕ ਵਾਲਾ ਬੰਦਾ ਫੜ ਲਿਆ, ਨਾ ਪਤਾ ਫੜ ਕੇ